ਮੌਸਮ ਦੇ ਵਿੱਚ ਆਈ ਤਬਦੀਲੀ ਨੇ ਕਹਿਰ ਢਾਇਆ ਹੋਇਆ। ਸੰਘਣੀ ਧੁੰਦ ਦੇ ਕਾਰਨ ਵਿਜ਼ਿਬਿਲਿਟੀ ਬਿਲਕੁਲ ਘੱਟ ਹੈ ਤੇ ਸੰਘਣੀ ਧੁੰਦ ਦੇ ਕਾਰਨ ਵਿਜ਼ਿਬਿਲਿਟੀ ਘੱਟ ਹੋਣ ਤੋਂ ਬਾਅਦ ਕਈ ਭਿਆਨਕ ਹਾਦਸੇ ਵਾਪਰ ਰਹੇ ਨੇ। ਅੱਜ ਦੀ ਸੰਘਣੀ ਧੁੰਦ ਕਾਰਨ ਪੰਜਾਬ ਭਰ ਦੇ ਵਿੱਚ ਕਈ ਵਾਹਨ ਆਪਸ ਦੇ ਵਿੱਚ ਟਕਰਾ ਗਏ। ਸੜਕਾਂ ਤੇ ਆਵਾਜਾਈ ਨੂੰ ਬੁਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੋਇਆ ਸੀ। ਇਸ ਸੰਘਣੀ ਧੁੰਦ ਦੇ ਕਾਰਨ ਬਿਆਸ ਵਿਖੇ 7 ਤੋਂ 8 ਗੱਡੀਆਂ ਦੱਸਿਆ ਜਾ ਰਿਹਾ ਕਿ ਆਪਸ ਦੇ ਵਿੱਚ ਟਕਰਾ ਗਈਆਂ। ਜੀ ਹਾਂ, ਇਸ ਹਾਦਸੇ ਦੇ ਵਿੱਚ ਇੱਕ ਵੱਡਾ ਟਰੱਕ ਵੀ ਪੁਲ ਤੋਂ ਹੇਠਾਂ ਜਾ ਡਿੱਗਿਆ। ਗਨੀਮਤ ਇਹ ਰਹੀ ਕਿ ਇਸ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਗੱਡੀਆਂ ਬੁਰੀ ਤਰੀਕੇ ਦੇ ਨਾਲ ਆਪਸ ਦੇ ਵਿੱਚ ਵੱਜ ਕੇ ਭੱਜ ਗਈਆਂ। ਇਸ ਹਾਦਸੇ ਦੇ ਵਿੱਚ ਕੁਝ ਲੋਕ ਜ਼ਖਮੀ ਵੀ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਗੱਡੀਆਂ ਦੇ ਮਾਲਕਾਂ ਨੇ ਦੱਸਿਆ ਕਿ ਧੁੰਦ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ, ਲੇਕਿਨ ਇਸ ਵਿੱਚ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਅੱਗੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਪਹਿਲਾਂ ਤੋਂ ਹੀ ਬਿਆਸ ਪੁਲ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਸੀ ਅਤੇ ਇੱਕ ਵਿਅਕਤੀ ਵੀ ਦਰਖਤ ਦੀ ਟਾਹਣੀ ਲੈ ਕੇ ਸੜਕ ਤੇ ਖੜਾ ਸੀ, ਲੇਕਿਨ ਸੰਘਣੀ ਧੁੰਦ ਹੋਣ ਕਾਰਨ ਕੁਝ ਪਤਾ ਨਹੀਂ ਚੱਲਿਆ ਅਤੇ ਜਦੋਂ ਬ੍ਰੇਕ ਮਾਰੀ ਤਾਂ ਪਿੱਛੋਂ ਆਈਆਂ ਗੱਡੀਆਂ ਇੱਕ ਦੂਸਰੇ ਦੇ ਵਿੱਚ ਜਾ ਟਕਰਾਈਆਂ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਾਹਨ ਅਤੇ ਟਰੱਕ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ। ਇਹ ਘਟਨਾ ਵਾਪਰ ਜੀ ਤੇ ਬੰਦਾ ਖੜਾ ਸੀ ਟਾਹਣੀ ਲੈ ਕੇ, ਗੱਡੀ ਦਾ ਐਕਸੀਡੈਂਟ ਹੋਇਆ ਸੀ ਮੋਹਰੇ ਤੇ ਮੈਂ ਆ ਰਿਹਾ ਸੀ ਮਗਰ ਮੋਹਰੇ ਗੱਡੀ ਜਾ ਰਹੀ ਸੀ ਮਗਰ ਗੱਡੀ ਮੇਰੀ ਆ ਰਹੀ ਸੀ, ਉਹਨੇ ਬ੍ਰੇਕ ਲਾਈ ਆ, ਮੈਂ ਬ੍ਰੇਕ ਲਾਈ, ਗੱਡੀ ਘੁੰਮ ਗਈ ਆ, ਉਹ ਬੰਦੇ ਦੇ ਸਿੱਧੀ ਆ ਕੇ ਵਿੱਚ ਬੈਠੀ ਆ, ਉਹਦੇ ਸੱਟਾਂ ਲੱਗੀਆਂ ਪੱਟ ਤੇ, ਉਹ ਸੀਰੀਅਸ ਬੰਦਾ ਆ ਜੀ, ਉਹਨੂੰ ਲੈ ਕੇ ਗਿਆ ਹੋਸਪਿਟਲ ਲੈ ਗਏ ਆ, ਹੁਣ ਦੇਖੋ ਜਾ ਕੇ ਪਤਾ ਲੱਗਦਾ ਕੀ ਬਣਦਾ ਨਾ। ਹਾਂਜੀ, ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਜੀ, ਅਸੀਂ ਜਲੰਧਰ ਤੋਂ ਆ ਰਹੇ ਸੀ, ਅੰਮ੍ਰਿਤਸਰ ਨੂੰ ਚੱਲੇ ਸੀ ਏਅਰਪੋਰਟ ਨੂੰ, ਇੱਥੇ ਵਾਪਰਿਆ ਜੀ ਉਹ ਅੱਗੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਸਾਰੀ ਟ੍ਰੈਫਿਕ ਜਾਮ ਸੀ, ਗੱਡੀ ਸਾਡੀ ਖੜੀ ਸੀ, ਪਿੱਛੋਂ ਇੰਨੀ ਕੁ ਸਪੀਡ ਨਾਲ ਇਹ ਆਏ ਆਲਟੋ ਨਾਲ, ਉਹ ਸਾਡੀ ਖੜੀ ਗੱਡੀ ਅਗਲੀ ਗੱਡੀ 'ਚ ਵੀ ਜਾ ਕੇ ਜੱਗੀ, ਪਿੱਛੇ ਵੀ ਸਾਰੀ ਗੱਡੀ ਭੱਜੀ ਗਈ ਤੇ ਅੱਗਿਓਂ ਵੀ ਸਾਰੀ ਗੱਡੀ ਭੱਜ ਗਈ। ਅਸੀਂ 3 ਜਾਣੇ ਸੀ ਜੀ, ਉਹ ਜਾਨੀ ਮਨ ਬਚਾ ਰਿਹਾ ਪਰ ਗੱਡੀ ਭੱਜ ਗਈ ਜੀ ਸਾਰੀ ਸਾਰੀ। ਪੁਲਿਸ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਆ, ਹੁਣ ਹੁਣ ਆਏ ਸਾਰਾ ਕੁਛ। ਹਾਂਜੀ, ਸਤਨਾਮ ਸਿੰਘ ਜੀ, ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆ ਰਹੇ ਜੀ, ਤਰਨ ਤਾਰਨ ਜਾਣਾ ਸੀ। ਬਿਆਸ ਪੁਲ ਤੇ ਹੋਇਆ, ਪਿੱਛੋਂ ਅਸੀਂ ਬੜੇ ਆ ਰਹੇ ਸੀ ਧਿਆਨ ਨਾਲ, ਇੱਥੇ ਆ ਕੇ ਜਦੋਂ ਆਏ ਆ ਧੁੰਦ ਜ਼ਿਆਦਾ ਕਰਕੇ ਮੋਹਰੇ ਗੱਡੀ ਖੜੀ ਸੀ, ਦਿਸਿਆ ਨੀ ਮੈਨੂੰ। ਹਾਂਜੀ, ਬਿਲਕੁਲ ਨੀ ਦਿਸਿਆ ਜੀ, ਨਹੀਂ ਤਾਂ ਰੋਕ ਨਾ ਲੈਂਦੇ ਉਹਦੇ ਪਿੱਛੇ ਹੀ। ਹਾਂਜੀ, ਮੇਰੇ ਸੱਟ ਲੱਗੇ ਜ਼ਿਆਦਾ ਜੀ। ਹਾਂਜੀ ਹਾਂਜੀ, ਬਾਕੀ ਮੇਰੀ ਵਾਈਫ ਸੀ ਨਾਲ, ਮੇਰੀ ਬੇਟੀ ਆ। ਹਾਂਜੀ, ਹਾਂਜੀ, ਅੰਬਰ ਤਰਨ ਤਾਰਨ ਜ਼ਿਲ੍ਹੇ 'ਚ। Subscribe to One India channel and never miss an update.